जर्नी ਦੇ ਵਿੱਚ ਬੜੇ ਅਪ ਐਂਡ ਡਾਊਨਸ ਦੇਖੇ ਨੇ ਬਹੁਤ ਕੁਝ ਹੰਡਾਇਆ ਸਿੱਧੂ ਫਿਰ ਵੀ ਅੱਜ ਸਮਾਈਲ ਦੇ ਨਾਲ ਤੁਸੀਂ ਅੱਗੇ ਵਧਦੇ ਜਾ ਰਹੇ ਹੋ ਸੋ ਸਿੱਧੂ ਕਿਸ ਤਰ੍ਹਾਂ ਆਪਣੀ ਜਰਨੀ ਨੂੰ ਵੇਖਦਾ ਹੈ ਸਿੱਧੂ ਕੀ ਮਹਿਸੂਸ ਕਰਦਾ ਲੋਕੀ ਤਾਂ ਬਹੁਤ ਕੁਝ ਕਹਿੰਦੇ ਹੀ ਨੇ ਚੰਗਾ ਮਾੜਾ ਵੀ ਮੈਂ ਜੋ ਵੀ ਮੈਂ ਕਰਦਾ ਹਾਂ ਨਾ ਤੇ ਮੈਂ ਉਸ ਚੀਜ਼ ਨਾਲ ਕਈ ਚੀਜ਼ਾਂ ਐਕਸਪੀਰੀਅੰਸ ਕਰਦਾ ਤੇ ਉਹਨਾਂ ਚੀਜ਼ਾਂ ਨਾਲ ਮੈਂ ਹੋਰ ਤਕੜਾ ਹੁੰਦਾ ਮੇਰੇ ਨਾਲ ਕਦੇ ਪਹਿਲੀ ਵਾਰੀ ਨਹੀਂ ਹੋਇਆ ਜੋ ਵੀ ਕੁਝ ਚੱਲਦਾ ਹੈ ਹਨਾ ਕਦੇ ਅਪਸ ਐਂਡ ਕਦੇ ਡਾਊਨ ਤੇ ਇਹ ਜ਼ਿੰਦਗੀ ਦਾ ਹਿੱਸਾ ਹੈ ਤਾਨੇ ਵੀ ਨਹੀਂ ਦਿੰਦੇ ਨੇ ਜ਼ਿਆਦਾਤਰ ਤਾਂ ਜੀ ਕਸੇ ਜਾਂਦੇ ਆਰਟਿਸਟਾਂ ਦੇ ਇਹਨੇ ਆਹ ਕਰਤਾ ਇਹਨੇ ਉਹ ਕਰਤਾ ਵਧੀਆ ਗੱਲ ਹੈ ਜੇ ਕੋਈ ਐਪਰੀਸ਼ੀਏਸ਼ਨ ਦਾ ਪਿਛਲੇ ਮੈਨੂੰ ਲੱਗਦਾ 10 ਸਾਲਾਂ ਦੇ ਵਿੱਚ ਕਦੇ ਕੋਈ ਆਰਟਿਸਟ ਦੀ ਐਪਰੀਸ਼ੀਏਸ਼ਨ ਵਾਸਤੇ ਨਾ ਤਾਂ ਕੋਈ ਅਵਾਰਡ ਸ਼ੋਅ ਹੋਏ ਟੀਵੀ ਸ਼ੋਅਸ ਕਰਵਾਉਂਦੇ ਸੀਗੇ ਪਰ ਸਰਕਾਰ ਵੱਲੋਂ ਉਹਦਾ ਕੋਈ ਮੈਨੂੰ ਲੱਗਦਾ ਨਹੀਂ ਹੈਗਾ ਕੋਈ ਕਿਸੇ ਨੇ ਸਟੈਪ ਚੱਕਿਆ ਇੱਕ ਗੱਲ ਬਾਰ ਬਾਰ ਸੁਣਨ ਨੂੰ ਮਿਲਦੀ ਹੈ ਕਿ ਸਿੱਧੂ ਆਪਣੇ ਗਾਣਿਆਂ ਦੇ ਵਿੱਚ ਆਪਣੀ ਹੀ ਗੱਲਾਂ ਕਰਦਾ ਰਹਿੰਦਾ ਪਰਚੇ ਤਾਂ ਬਹੁਤ ਹੋਏ ਨੇ ਆਰਟਿਸਟਾਂ ਦੇ ਉਹਦੇ ਗਾਣੇ ਤੇ ਵੀ ਹਾਂ ਇਹਨੇ ਆਹ ਸੱਭਿਆਚਾਰਕ ਆ ਨਹੀਂ ਸੱਭਿਆਚਾਰਕ ਆ ਫਲਾਨਾ ਧਮਕਾ ਪਰ ਆਰਟਿਸਟਾਂ ਨੇ ਜਿੱਥੇ ਉਹਨਾਂ ਨੇ ਚੰਗਾ ਕੀਤਾ ਉਹਨਾਂ ਨੂੰ ਕਦੇ ਨਵਾਜਿਆ ਨਹੀਂ ਗਿਆ ਕਦੇ ਉਹਨਾਂ ਨੂੰ ਐਪਰੀਸ਼ੀਏਸ਼ਨ ਕੀਤੀ ਨਹੀਂ ਗਈ ਕਿਉਂਕਿ ਆਰਟਿਸਟ ਲੋਕ ਇਹੋ ਜਿਹੇ ਨੇ ਜਿਹੜੇ ਮੋਟਾ ਟੈਕਸ ਪੇ ਕਰਦੇ ਨੇ ਹਨਾ ਜਿਹੜੇ ਸਿੰਗਰ ਨੇ ਸਾਡੇ ਆਰਟਿਸਟ ਨੇ ਹਨਾ ਅਸੀਂ ਜੇ ਪੈਸਾ ਕਮਾਉਣੇ ਆ ਤਾਂ ਘੱਟੋ ਘੱਟ 1 ਕਰੋੜ ਰੁਪਏ ਵਿੱਚ 30 ਲੱਖ ਰੁਪਏ ਅਸੀਂ ਸਰਕਾਰ ਨੂੰ ਦਿੰਨੇ ਆ ਸਾਡੇ ਨਾਲ ਨੇ ਜੀ ਪੰਜਾਬੀ 뮤직 ਇੰਡਸਟਰੀ ਦੇ ਉਹ ਜਿਹੜੇ ਕਹਿੰਦੇ ਨੇ ਕਿ ਅਸੀਂ ਅੱਜ ਦੇ ਰਾਜੇ ਆ ਲੇਕਿਨ ਸਾਨੂੰ ਲੱਗਦਾ ਹੈ ਕਿ ਉਹ ਪੰਜਾਬੀ 뮤직 ਇੰਡਸਟਰੀ ਦੇ ਮਹਾਰਾਜੇ ਆ ਕਿਉਂਕਿ ਬੈਕ ਟੂ ਬੈਕ ਹਿੱਟ ਉਹਨਾਂ ਨੇ ਗਾਣੇ ਦਿੱਤੇ ਆ ਸੋ ਬਹੁਤ ਟਾਈਮ ਤੋਂ ਬਾਅਦ ਫਾਈਨਲੀ ਅੱਜ ਸਿੱਧੂ ਜੀ ਬਹੁਤ ਬਹੁਤ ਸਵਾਗਤ ਹੈ ਪਹਿਲੇ ਤੇ ਮੁਬਾਰਕਾਂ ਥੈਂਕ ਯੂ ਵੈਰੀ ਮੱਚ ਜੀ ਥੈਂਕ ਯੂ ਵੈਰੀ ਮੱਚ ਸੋ ਫਿਲਮ ਰਿਲੀਜ਼ ਹੋਈ ਮਮ ਡੈਡ ਨਾਲ ਗੱਲ ਹੋਈ ਸੀ ਬਹੁਤ ਵਧੀਆ ਉਹ ਪ੍ਰਾਊਡ ਸੀਗੇ ਲੇਕਿਨ ਮੈਂ ਸਿੱਧੂ ਕੋਲੋਂ ਪੁੱਛਣਾ ਚਾਹਾਂਗੀ ਜਰਨੀ ਦੇ ਵਿੱਚ ਬੜੇ ਅਪ ਐਂਡ ਡਾਊਨਸ ਦੇਖੇ ਨੇ ਬਹੁਤ ਕੁਝ ਹੰਡਾਇਆ ਸਿੱਧੂ ਫਿਰ ਵੀ ਅੱਜ ਸਮਾਈਲ ਦੇ ਨਾਲ ਤੁਸੀਂ ਅੱਗੇ ਵਧਦੇ ਜਾ ਰਹੇ ਹੋ ਸੋ ਸਿੱਧੂ ਕਿਸ ਤਰ੍ਹਾਂ ਆਪਣੀ ਜਰਨੀ ਨੂੰ ਵੇਖਦਾ ਹੈ ਸਿੱਧੂ ਕੀ ਮਹਿਸੂਸ ਕਰਦਾ ਲੋਕੀ ਤਾਂ ਬਹੁਤ ਕੁਝ ਕਹਿੰਦੇ ਹੀ ਨੇ ਚੰਗਾ ਮਾੜਾ ਇਮੋਸ਼ਨਲੀ ਕਈ ਵਾਰੀ ਲੈਕ ਤਾਂ ਹੁੰਦਾ ਹੀ ਹੈ ਪਰ ਮੇਰੇ ਨਾਲ ਕਦੇ ਪਹਿਲੀ ਵਾਰੀ ਨਹੀਂ ਹੋਇਆ ਜੋ ਵੀ ਕੁਝ ਚੱਲਦਾ ਹੈ ਹਨਾ ਕਦੇ ਅਪਸ ਐਂਡ ਕਦੇ ਡਾਊਨ ਤੇ ਇਹ ਜ਼ਿੰਦਗੀ ਦਾ ਹਿੱਸਾ ਹਨਾ ਇਹਨਾਂ ਦੇ ਇਹੀ ਕ੍ਰੈਸਟ ਐਂਡ ਟ੍ਰਫ ਹੁੰਦੇ ਨੇ ਜਿਹੜੇ ਇਨਸਾਨ ਨੂੰ ਵਧੀਆ ਬਿਹਤਰ ਬਣਾਉਂਦੇ ਨੇ ਸੋ ਮੈਂ ਤਾਂ ਮੈਨੂੰ ਸਗੋਂ ਨਹੀਂ ਖੁਸ਼ੀ ਮਿਲਦੀ ਹੈ ਵੀ ਮੈਂ ਜੋ ਵੀ ਮੈਂ ਕਰਦਾ ਹਨਾ ਤੇ ਮੈਂ ਉਸ ਚੀਜ਼ ਨਾਲ ਕਈ ਚੀਜ਼ਾਂ ਐਕਸਪੀਰੀਅੰਸ ਕਰਦਾ ਤੇ ਉਹਨਾਂ ਚੀਜ਼ਾਂ ਨਾਲ ਮੈਂ ਹੋਰ ਤਕੜਾ ਹੁੰਦਾ ਸੋ ਮੇਰੇ ਲਈ ਤਾਂ ਵਧੀਆ ਚੀਜ਼ ਹੈ ਜੀ ਸੋ ਅਵਾਰਡ ਐਂਡ ਰਿਵਾਰਡ ਦੀ ਗੱਲ ਕਰੀਏ ਰਿਵਾਰਡ ਤਾਂ ਤੁਹਾਨੂੰ ਮਿਲ ਹੀ ਰਿਹਾ ਤੁਹਾਡੀ ਇੰਨੀ ਜ਼ਿਆਦਾ ਆਡੀਅנס ਤੁਹਾਨੂੰ ਪਿਆਰ ਕਰਦੇ ਤੁਹਾਡੇ ਫੈਨਸ ਤੁਹਾਡੇ ਨਾਲ ਹਮੇਸ਼ਾ ਖੜਦੇ ਨੇ ਲੇਕਿਨ ਉੱਥੇ ਜੇ ਅਵਾਰਡ ਦੀ ਗੱਲ ਕਰੀਏ ਸੋ ਸਿੱਧੂ ਨੇ ਸੁਪਨਾ ਕਦੋਂ ਵੇਖਿਆ ਸੀਗਾ ਕਿ ਇੱਕ ਸਟੇਜ ਤੇ ਖੜਨਾ ਹੈ ਤੇ ਸ਼ਾਨੇ ਪੰਜਾਬ ਬਣਨਾ ਹੈ ਤੇ ਅਵਾਰਡ ਲੈਣਾ ਹੈ ਔਰ ਫਿਰ ਸਾਰਿਆਂ ਦੇ ਦਿਲਾਂ ਦੇ ਵਿੱਚ ਇਦਾਂ ਹੀ ਰਾਜ਼ ਕਰਨਾ ਨਹੀਂ ਮੈਨੂੰ ਅਵਾਰਡ ਮਿਲਦਾ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਅਵਾਰਡ ਮਿਲਣਾ ਮੈਨੂੰ ਅੱਜ ਮੈਂ ਤਾਂ ਦੁਆ ਕਰਦੀ ਆ ਮੈਂ ਵਿਸ਼ ਕਰਦੀ ਆ ਨਹੀਂ ਕੋਈ ਇਸ਼ੂ ਵਾਲੀ ਗੱਲ ਨਹੀਂ ਜੀ ਮੈਂ ਤਾਂ ਜਸਟ ਫੰਕਸ਼ਨ ਦੇਖਣ ਆਇਆ ਸਾਰੇ ਵੀ ਅੱਜ ਕੀ ਮਾਹੌਲ ਹੈ ਇੱਥੇ ਮੈਨੂੰ ਇਨਵੀਟੇਸ਼ਨ ਆਇਆ ਸੀ ਇੰਜੋਏ ਸਾਰਾ ਦਿਨ ਉੱਧਰ ਪਿੰਡਾਂ 'ਚ ਹੁੰਦੇ ਆ ਤੇ ਫਿਰ ਮੈਂ ਚਲੋ ਸੀਐਮ ਸਾਹਿਬ ਵੱਲੋਂ ਆਇਆ ਸੀ ਇਨਵੀਟੇਸ਼ਨ ਵੀ ਭਾਈ ਤੁਸੀਂ ਵੀ ਆਓ ਮੈਂ ਜੀ ਆ ਜਾਣਾ ਦੇਖ ਲੈਣੇ ਕੀ ਹੈ ਸੋ ਬਹੁਤ ਵਧੀਆ ਐਪਰੀਸ਼ੀਏਸ਼ਨ ਹੈ ਤੇ ਸਾਰੇ ਆਰਟਿਸਟਾਂ ਨੂੰ ਜ਼ਿਆਦਾਤਰ ਗਾਲਾਂ ਹੀ ਮਿਲਦੀਆਂ ਨੇ ਤੇ ਪਹਿਲੀ ਵਾਰੀ ਸਰਕਾਰ ਨੇ ਕੀਤਾ ਉਹਦਾ ਵੀ ਇਹਨਾਂ ਨੂੰ ਅਵਾਰਡ ਕੀਤਾ ਜਾਵੇ ਇਹਨਾਂ ਨੂੰ ਨਵਾਜ਼ਿਆ ਜਾਵੇ ਕਿਉਂਕਿ ਆਰਟਿਸਟਾਂ ਨੂੰ ਲੋਕ ਤਾਨੇ ਵੀ ਨਹੀਂ ਦਿੰਦੇ ਨੇ ਜ਼ਿਆਦਾਤਰ ਤਾਂ ਜੀ ਕਸੇ ਜਾਂਦੇ ਆਰਟਿਸਟਾਂ ਦੇ ਇਹਨੇ ਆਹ ਕਰਤਾ ਇਹਨੇ ਉਹ ਕਰਤਾ ਵਧੀਆ ਗੱਲ ਹੈ ਜੇ ਕੋਈ ਐਪਰੀਸ਼ੀਏਸ਼ਨ ਦਾ ਪਿਛਲੇ ਮੈਨੂੰ ਲੱਗਦਾ 10 ਸਾਲਾਂ ਦੇ ਵਿੱਚ ਕਦੇ ਕੋਈ ਆਰਟਿਸਟ ਦੀ ਐਪਰੀਸ਼ੀਏਸ਼ਨ ਵਾਸਤੇ ਨਾ ਤਾਂ ਕੋਈ ਅਵਾਰਡ ਸ਼ੋਅ ਹੋਏ ਟੀਵੀ ਸ਼ੋਅਸ ਕਰਵਾਉਂਦੇ ਸੀਗੇ ਪਰ ਸਰਕਾਰ ਵੱਲੋਂ ਉਹਦਾ ਕੋਈ ਮੈਨੂੰ ਲੱਗਦਾ ਨਹੀਂ ਹੈਗਾ ਕੋਈ ਕਿਸ ਨੇ ਸਟੈਪ ਚੱਕਿਆ ਪਰ ਵਧੀਆ ਗੱਲ ਹੈ ਸਾਨੂੰ ਜਿੰਨੇ ਵੀ ਆਰਟਿਸਟ ਨੇ ਆਰਟਿਸਟ ਸਮਾਜ ਦਾ ਹਿੱਸਾ ਨੇ ਤੇ ਹਰੇਕ ਵਿਆਹ ਸ਼ਾਦੀ ਤੇ ਆਰਟਿਸਟਾਂ ਦੇ ਗਾਣੇ ਚੱਲਦੇ ਨੇ ਲੋਕ ਟੀਵੀ ਤੇ ਫਿਲਮਾਂ ਦੇਖਦੇ ਨੇ ਸੋ ਮੈਂ ਇਹੀ ਗੱਲ ਕਹਿਣਾ ਗਾ ਸਾਰਿਆਂ ਨੂੰ ਵੀ ਆਰਟਿਸਟ ਸਾਰਿਆਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਨੇ ਚਾਹੇ ਤੁਸੀਂ ਉਹਨੂੰ ਕਿੰਨੀ ਤੰਜ ਕਸ ਲਓ ਕਿੰਨੀ ਉਹਨਾਂ ਨੂੰ ਮਾੜਾ ਚੰਗਾ ਬੋਲੋ ਪਰ ਜੇ ਆਰਟਿਸਟ ਨਹੀਂ ਹੈਗਾ ਤਾਂ ਸਾਡੀ ਕੋਈ ਰੌਣਕ ਮੇਲਾ ਨਹੀਂ ਤੇ ਕੋਈ ਕੁਛ ਨਹੀਂ ਹੈਗਾ ਸੋ ਬਹੁਤ ਵਧੀਆ ਗੱਲ ਹੈ ਬਹੁਤ ਚੰਗਾ ਸਟੈਪ ਹੈ ਐਪਰੀਸ਼ੀਏਸ਼ਨ ਹੈ ਤੇ ਮੈਂ ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਜਿਨ੍ਹਾਂ ਨੇ ਐਡਾ ਵੱਡਾ ਅਵਾਰਡ ਸ਼ੋਅ ਜਿਹੜਾ ਨਵਾਜਿਆ ਸਾਰਿਆਂ ਨੂੰ ਅਵਾਰਡ ਸ਼ੋਅ ਦੇ ਨਾਲ ਨਾਲ ਜਿੱਥੇ ਗੱਲ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਇਹ ਵੀ ਇੱਕ ਇਨੀਸ਼ੀਏਟਿਵ ਚੱਕਣ ਦੀ ਗੱਲ ਕੀਤੀ ਗਈ ਹੈ ਕਿ ਆਪਦੀ ਫਿਲਮ ਸਿਟੀ ਜਿਹੜੀ ਹੈ ਉਹ ਪੰਜਾਬੀ ਇੰਡਸਟਰੀ ਦੇ ਲਈ ਬਣਾਈ ਜਾਏਗੀ ਸੋ ਸਿੱਧੂ ਇਸ ਚੀਜ਼ ਨੂੰ ਕਿਵੇਂ ਵੇਖਦੇ ਨੇ ਨਹੀਂ ਬਹੁਤ ਵਧੀਆ ਗੱਲ ਹੈ ਜੀ ਮੈਂ ਉਹੀ ਗੱਲ ਕਹਿਣਾ ਵੀ ਜੇ ਇਸ ਇਹ ਇੱਕ ਇਹੋ ਜਿਹਾ ਪ੍ਰੋਫੈਸ਼ਨ ਹੈ ਵੀ ਜਿਹਦੇ ਵੱਲ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਹੁਣ ਤੱਕ ਪਰਚੇ ਤਾਂ ਬਹੁਤ ਹੋਏ ਨੇ ਆਰਟਿਸਟਾਂ ਦੇ ਉਹਦੇ ਗਾਣੇ ਤੇ ਵੀ ਹਾਂ ਇਹਨੇ ਆਹ ਸੱਭਿਆਚਾਰਕ ਆ ਨਹੀਂ ਸੱਭਿਆਚਾਰਕ ਆ ਫਲਾਨਾ ਧਮਕਾ ਪਰ ਆਰਟਿਸਟਾਂ ਨੇ ਜਿੱਥੇ ਉਹਨਾਂ ਨੇ ਚੰਗਾ ਕੀਤਾ ਉਹਨਾਂ ਨੂੰ ਕਦੇ ਨਵਾਜਿਆ ਨਹੀਂ ਗਿਆ ਕਦੇ ਉਹਨਾਂ ਨੂੰ ਐਪਰੀਸ਼ੀਏਸ਼ਨ ਕੀਤੀ ਨਹੀਂ ਗਈ ਕਿਉਂਕਿ ਆਰਟਿਸਟ ਲੋਕ ਇਹੋ ਜਿਹੇ ਨੇ ਜਿਹੜੇ ਮੋਟਾ ਟੈਕਸ ਪੇ ਕਰਦੇ ਨੇ ਹਨਾ ਜਿਹੜੇ ਸਿੰਗਰ ਨੇ ਸਾਡੇ ਆਰਟਿਸਟ ਨੇ ਹਨਾ ਅਸੀਂ ਜੇ ਪੈਸਾ ਕਮਾਉਂਦੇ ਹਾਂ ਤਾਂ ਘੱਟੋ ਘੱਟ 1 ਕਰੋੜ ਰੁਪਏ ਵਿੱਚ 30 ਲੱਖ ਰੁਪਏ ਅਸੀਂ ਸਰਕਾਰ ਨੂੰ ਦਿੰਦੇ ਹਾਂ ਤਾਂ ਸਰਕਾਰ ਦਾ ਵੀ ਹੈਵ ਟੂ ਫਰਜ਼ ਬਣਦਾ ਵੀ ਉਹਨਾਂ ਨੂੰ ਐਪਰੀਸ਼ੀਏਟ ਕਰਨ ਦਾ ਉਹਨਾਂ ਦਾ ਸਹਾਰਾ ਬਣਦਾ ਸੋ ਬਹੁਤ ਵਧੀਆ ਗੱਲ ਹੈ ਜੀ ਸਿੱਧੂ ਜੀ ਤੁਹਾਡੇ ਗਾਣੇ ਬਹੁਤ ਇੰਜੋਏ ਕੀਤੇ ਜਾਂਦੇ ਨੇ ਓਵਰਸੀਜ਼ ਵੀ ਆਪਾਂ ਦੇਖੀਏ ਤੇ ਸ਼ੋਜ਼ ਦੇ ਵਿੱਚ ਫੁੱਲ ਔਨ ਜਾਂਦੇ ਨੇ ਹਨਾ ਤੁਸੀਂ ਵੀ ਆਪਣੇ ਗਾਣੇ ਬੜੇ ਪਸੰਦ ਕਰਦੇ ਹੋ ਇੱਕ ਗੱਲ ਬਾਰ ਬਾਰ ਸੁਣਨ ਨੂੰ
मैं वधिया लगता अपनी कहानी सुना अपने बारे दसना है ना अपने लोगों की गल करन दा जिहो जे खिते चो जिहो जे लोगों चो मैं आना वह जे क्योंकि असी 30 साल हो गए 40 साल हो गए साढ़े जिले बने साढ़े पिंड बने है ना पर किसी ने उन्होंने कदे गल ही नहीं करी उन्होंने सिर पर एक बैकवर्ड का सर्टिफिकेट ला दिया यार भी ये बैकवर्ड ने गिद्धे भंगड़े तो सारे नहीं पा ले उन्होंने है ना चलो पाई जाते हैं हरेक का अपना स्टाइल है सो मैं कहना वधिया चीज है अज दे राजे वाली फीलिंग प्रॉपर है देखो जी हरेक इंसान दुनिया से आता है तो मैं उन्होंने समझदा भी वो अपनी जिंदगी का राजा है चाहे लोग मनन चाहे ना मनन तो लोगों का मनना ना मनना मैटर नहीं करता हरेक बंदे अपने अंदरों ही फीलिंग होनी चाहिए भी मैं राजा मैं मेरी जिंदगी जो मर्जी चाहव मैं कर सकता आप तो राजे ही हैं जी शुरू से एक गल है अज के राजे भी डॉलर वांगू ना भी चलता है और बस जी धक्का भी चल रहा फुल ऑन सो ऑल द वेरी बेस्ट एंड बहुत बहुत दुआवां ने जिधर भी तुम पैर रखो परमात्मा मेहरबान बहुत थैंक यू मैडम ने मेरी इंटरव्यू करी बहुत टाइम की गल चल रही थी थैंक यू सो मच।